ਹਰਪ੍ਰੀਤ ਸਿੰਘ ਜਵੰਦਾ ਦੀਆਂ ਕਹਾਣੀਆਂ ਪਹਿਲੀ ਕਹਾਣੀ ਉਹ ਨਿੱਕੀ ਜਿਹੀ ਕੁੜੀ ਘਰ ਦੇ ਬੂਹੇ ਦੇ ਨਾਲ ਤੰਗ ਜੇ ਬਨੇਰੇ ਤੇ ਚੜ ਸਾਰਾ ਸਾਰਾ ਦਿਨ ਗਲੀ ਦੇ ਮੋੜ ਵੱਲ ਨੂੰ ਤੱਕਦੀ ਰਹਿੰਦੀ ਫਿਰ ਜਦੋਂ ਵੀ ਰੋਂਦੀਆਂ ਤੇ ਵੈਣ ਪਾਉਂਦੀਆਂ ਔਰਤਾਂ ਦਾ ਝੁੰਡ ਆਪਣੇ ਘਰ ਵੱਲ ਨੂੰ ਮੁੜਦਾ ਵੇਖਦੀ ਤਾਂ ਛੇਤੀ ਨਾਲ ਥੱਲੇ ਉਤਰ ਦੋਰੀ ਕੁੰਡੀ ਲਾ ਦਿਆ ਕਰਦੀ ਫਿਰ ਉਹ ਝੁੰਡ ਬੂਹੇ ਅੱਗੇ ਆ ਕੇ ਖਲੋ ਜਾਂਦਾ ਫਿਰ ਕਿਸੇ ਸਿਆਣੇ ਨੂੰ ਉਹਨੂੰ ਪਰੇ ਹਟਾ ਬੁਆ ਖੋਲਣਾ ਪੈਂਦਾ ਤੇ ਫਿਰ ਰੋਣ ਧੋਣ ਪਿੱਟ ਪਟਾਈ ਦਾ ਨਾਮ ਮੁਕਣ ਵਾਲਾ ਸਿਲਸਲਾ ਜਿਆ ਸ਼ੁਰੂ ਹੋ ਜਾਂਦਾ ਮੁੜਕੇ ਪਿਓ ਨੂੰ ਯਾਦ ਕਰਦੀ ਉਹਦੀ ਮਾਂ ਕਿੰਨਾ ਕਿੰਨਾ ਚਿਰ ਬੇਸੁੱਧ ਪਈ ਰਹਿੰਦੀ ਝੁੰਡ ਦੇ ਵਾਪਸ ਜਾਣ ਮਗਰੋਂ ਬੇਸੁੱਧ ਪਈ ਮਾਂ ਵਾਸਤੇ ਪਾਣੀ ਲਿਆਉਂਦੀ ਉਹਦੇ ਹੱਥ ਪੈਰ ਘੁੱਟਦੀ ਕਦੀ ਮੱਥਾ ਹੋਰ ਵੀ ਕਿੰਨੇ ਸਾਰੇ ਆਉਣ ਪਾਉਣ ਕਰਦੀ ਪਰ ਜਦੋਂ ਮਾਂ ਥੋੜਾ ਹੋਸ਼ ਕਰਦੀ ਤਾਂ ਇੱਕ ਵਾਰੀ ਫੇਰ ਰਾਖੀ ਕਰਨ ਬਨੇਰੇ ਦੇ ਉੱਤੇ ਚੜ੍ਹ ਬੈਠ ਜਾਂਦੀ ਕੁਝ ਦਿਨਾਂ ਬਾਅਦ ਇੱਕ ਦਿਨ ਦੁਪਹਿਰ ਵੇਲੇ ਥੋੜੀ ਬਹੁਤ ਰੋਟੀ ਖਾ ਕੇ ਮਾਂ ਦੀ ਅਜੀ ਅੱਖ ਲੱਗੀ ਸੀ ਕਿ ਬੂਹੇ ਤੇ دستਕ ਹੋਈ ਮਹੱਲੇ ਦੀਆਂ ਔਰਤਾਂ ਦਾ ਝੁੰਡ ਸੀ ਅੱਜ ਉਹਨੇ ਹੇਠਾਂ ਉਤਰ ਖੁਦ ਹੀ ਕੁੰਡੀ ਖੋਲੀ ਫਿਰ ਇਹਨ ਬੂਹੇ ਦੇ ਵਿੱਚ ਘਾਰ ਖਲੋ ਕੇ ਆਖਣ ਲੱਗੀ ਤੁਸੀਂ ਬਾਅਦ ਚਾਯੋ ਮਾਂ ਜੇ ਸੁੱਤੀ ਪਈ ਐ ਉਹ ਹੈ ਵੀ ਬਿਮਾਰ ਇਕ ਘਰਤ ਨੇ ਜ਼ੋਰ ਲਾ ਕੇ ਉਹਨੂੰ ਰਾਹ ਤੋਂ ਹਟਾਉਣਾ ਚਾਹਿਆ ਪਰ ਉਹ ਪੂਰਾ ਜ਼ੋਰ ਲਾ ਕੇ ਡਟੀ ਰਹੀ ਅਖੀਰ ਸਾਰਿਆਂ ਨੂੰ ਵਾਪਸ ਪਰਤਣਾ ਪਿਆ ਹੁਣ ਉਹ ਵਾਪਸ ਤੁਰੀਆਂ ਜਾਂਦੀਆਂ ਗੱਲਾਂ ਕਰ ਰਹੀਆਂ ਸਨ ਕਿੰਨੀ ਬਤਮੀਜ਼ ਏ ਦੂਜੀ ਬੋਲੀ ਕੁਲੇਣੀ ਵੀ ਏ ਪਿਓ ਨੂੰ ਖਾ ਗਈ ਇਹਦੇ ਲਈ ਹੀ ਤਾਂ ਬਾਹਰ ਗਲੀ ਦੇ ਮੋੜ ਤੋਂ ਸਮੋਸੇ ਲੈਣ ਜਾਂਦਾ ਟਰੱਕ ਹਿਠ ਆ ਗਿਆ ਸੀ ਡੈਣ ਨਾ ਹੋਵੇ ਕਿਸੇ ਥਾਂ ਦੇ ਪਰ ਬੂਹੇ ਨੂੰ ਕੁੰਡੀ ਲਾ ਕੇ ਵਾਪਸ ਮੁਰਦੀ ਹੋਈ ਉਹ ਬਹੁਤ ਖੁਸ਼ ਸੀ ਖੇਡਣ ਮੱਲਣ ਦੀ ਉਮਰ ਵਿੱਚ ਹੀ ਮਿਲ ਗਈ ਕਿੰਨੇ ਸਾਰੇ ਵੱਡੇ ਵੱਡੇ ਖਿਤਾਬ ਭਾਵੇਂ ਉਹਦੀ ਸਮਝ ਪੂਰੀ ਤਰ੍ਹਾਂ ਨਹੀਂ ਸੰਪਈ ਪਰ ਉਹਨੇ ਕਿੰਨੇ ਦਿਨਾਂ ਮਗਰੋਂ ਅੱਜ ਪਹਿਲੀ ਵਾਰ ਗੂੜੀ ਨਿੰਦਰ ਸੁੱਤੀ ਪਈ ਆਪਣੀ ਮਾਂ ਨੂੰ ਇੱਕ ਵਾਰ ਫਿਰ ਦੁੱਖਾਂ ਦੇ ਸਮੁੰਦਰ ਵਿੱਚ ਪੈਣੋਂ ਜੋ ਬਚਾ ਲਿਆ ਸੀ ਅਗਲੀ ਕਹਾਣੀ ਉਹ ਅੱਡਾ ਗੁੰਦੀ ਹੋਈ ਥੋੜਾ ਰੁਕ ਜੀ ਗਈ ਤੇ ਕੋਲੀ ਡਰਾਈング ਰੂਮ ਛੋੜੇ ਪਿਉ ਧੀ ਵਿਚਾਲੇ ਵਾਰਤਾਲਾਪ ਨੂੰ ਧਿਆਨ ਨਾਲ ਸੁਣਨ ਲੱਗੀ ਉਹਦੇ ਸਿਰ ਤੇ ਹੱਥ ਫੇਰਦਾ ਹੋਰਦਾ ਆਖ ਰਿਹਾ ਸੀ ਕਿ ਬੇਟਾ ਤੈਨੂੰ ਇਸ ਮਰਦਾਨਗੀ ਦੇ ਸੰਘਣੇ ਜੰਗਲ 'ਚ ਚਟਾਨ ਵਾਂਗ ਮਜ਼ਬੂਤ ਹੋ ਕੇ ਵਿਚਰਨਾ ਪਵੇਗਾ ਫਿਰ ਜਦੋਂ ਤੂੰ ਇੱਕ ਵਾਰ ਤਰੱਕੀ ਵਾਲੀ ਪੈੜ ਤੇ ਤੁਰਨਾ ਸ਼ੁਰੂ ਕਰ ਦਿੱਤਾ ਤਾਂ ਤੇਰਾ ਵਿਰੋਧ ਵੀ ਹੋ ਤੇਰੇ ਤੇ ਤੋਂਤਾਂ ਵੀ ਲੱਗਣਗੀਆਂ ਤੈਨੂੰ ਗਲ-ਗਲ ਤੇ ਨੀਵਾ ਵੀ ਦਿਖਾਇਆ ਜਾਏਗਾ ਤੇ ਤੇਰੇ ਤੇ ਚਰਿੱਤਰ ਹਰਨ ਵਾਲਾ ਆਖਰੀ ਬ੍ਰह्म ਅਸਤਰ ਵੀ ਵਰਤਿਆ ਜਾਏਗਾ ਤੇ ਅਖੀਰ 'ਚ ਤੇਰੀ ਮਾਨਸਿਕਤਾ ਨੂੰ ਤੋੜਨ ਲਈ ਜੈਲਸੀ ਵਾਲੇ ਗਾਰੇ ਨਾਲ ਲਿਪੜੇ ਹੋਏ ਗੰਦੇ ਛਿੱਟੇ ਵੀ ਮਾਰੇ ਜਾਣਗੇ ਪਰ ਤੂੰ ਇਸ ਵੇਲੇ ਬਿਲਕੁਲ ਵੀ ਨਾ ਘਬਰਾਈਂ ਤੇ ਬਸ ਇਦਾਂ ਹੀ ਅੱਗੇ ਨੂੰ ਵਧਦੇ ਜਾਇਂ ਬੱਸ ਇਹੋ ਹੀ ਤੇਰਾ ਜਵਾਬ ਹੋਊ ਆਪਣੇ ਵਿਰੋਧੀਆਂ ਨੂੰ ਗਲਬਾਤ ਸਨ ਉਹ ਦੀਆਂ ਮੀਚੀਆਂ ਹੋਈਆਂ ਮੁਠੀਆਂ ਅੱਧ ਗੁੰਨੇ ਆٹے ਵਿੱਚ ਹੀ ਫਸ ਕੇ ਰਹਿ ਗਈਆਂ ਇੱਕ ਵਾਰ ਫਿਰ 25 ਸਾਲ ਪਹਿਲਾਂ ਵਾਲੇ ਉਸ ਮਾਹੌਲ 'ਚ ਜਾ ਪੁੱਜੀ ਜਦੋਂ ਪੀ ਐਚ ਡੀ ਪੂਰੀ ਕਰਨ ਤੋਂ ਬਾਅਦ ਮਿਲੀ ਪ੍ਰਮੋਸ਼ਨ ਮਗਰੋਂ ਇੱਕ ਦਿਨ ਉਹਨੇ ਆਪਣੇ ਜੂਨੀਅਰ ਦੇ ਰੂਪ 'ਚ ਆਪਣੇ ਪਤੀ ਨੂੰ ਆਪਣੇ ਦਫ਼ਤਰ 'ਚ ਰਿਪੋਰਟ ਕਰਨ ਲਈ ਬੁਲਾ ਲਿਆ ਸੀ ਲੋਹੇ ਲੱਖੇ ਹੋਏ ਨੇ ਘਰਾਂ ਇੰਨਾ ਕਲੇਸ਼ ਪਾਇਆ ਕਿ ਘਰ ਦੀਆਂ ਕੰਧਾਂ ਵੀ ਸਹਿਮ ਜੀਆਂ ਗਈਆਂ ਸਨ ਤੇ ਨਿੱਕੇ ਜੀ ਗੱਲ ਦਾ ਪਤੰਗੜ ਬਣ ਪੇਕਿਆਂ ਦੇ ਮਹੱਲੇ ਤੱਕ ਜਾ ਪੜਿਆ ਸੀ ਤੇ ਅਖੀਰ ਇੱਕ ਦਿਨ ਵੱਡਿਆਂ ਦੀ ਬੁਲਾਈ ਹੋਈ ਸਭਾ ਵਿੱਚ ਉਹਨੂੰ ਇਹ ਆਖ ਆਪਣਾ ਅਸਤੀਫਾ ਲਿਖਣ ਲਈ ਬਜਪੂਰ ਕਰ ਦਿੱਤਾ ਗਿਆ ਕਿ ਤੈਨੂੰ ਨੌਕਰੀ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਉੱਪਰ ਵਾਲੇ ਦਾ ਦਿੱਤਾ ਹੋਇਆ ਬਹੁਤ ਕੁਝ ਐਸ ਘਰ ਵਿੱਚ ਤੇ ਇੱਕ ਦਿਨ ਉਹਦੇ ਖੁਦ ਦੇ ਅਸਤੀਫੇ ਕਾਰਨ ਖਾਲੀ ਹੋਈ ਉਹਦੀ ਜਗ੍ਹਾ ਤੇ ਉਹਦੇ ਘਰ ਵਾਲੇ ਦੀ ਹੋਈ ਪ੍ਰੋਮੋਸ਼ਨ ਤੇ ਵੰਡੀ ਗਈ ਮਠਿਆਈ ਖਾਂਦਿਆਂ ਉਹਦੀ ਦੁਬਿਧਾ ਵਿੱਚ ਪਈ ਹੋਈ ਜ਼ਖਮੀ ਜ਼ਮੀਰ ਇਹ ਫੈਸਲਾ ਲੈਣ ਤੋਂ ਅਸਮਰਥ ਸੀ ਕਿ ਉਹਨੂੰ ਇਸ ਹੋਏ ਵਰਤਾਰੇ ਤੇ ਖੁਸ਼ੀ ਮਨਾਉਣੀ ਚਾਹੀਦੀ ਹੈ ਕਿ ਪੁੱਬਾ ਮਾਰ-ਮਾਰ ਰੋਣਾ ਚਾਹੀਦਾ ਹੈ। ਅਗਲੀ ਕਹਾਣੀ ਪ੍ਰਮੋਸ਼ਨ ਹੋਣ ਉਪਰੰਤ ਆਪਣੇ ਜੱਦੀ ਸ਼ਹਿਰ ਵਿੱਚ ਨਿਯੁਕਤੀ ਹੋਈ। ਪਹਿਲੇ ਦਿਨੀ ਬਿਨਾਂ ਗਨਮੈਨਾ ਦੇ ਬੱਸ ਸਟੈਂਡ ਲੱਗੇ ਉਸ ਢਾਬੇ ਤੇ ਅੱਪੜ ਗਿਆ। ਉਥੇ ਕੁਝ ਵੀ ਤਾਂ ਨਹੀਂ ਸੀ ਬਦਲਿਆ ਸੋ ਆਏ ਸਟਾਫ ਦੇ ਉਹੀ ਟੇਬਲ ਉਹੀ ਤੰਦੂਰ ਤੇ ਉਹੀ ਟੁੱਟੇ ਹੋਏ ਟੇਬਲ ਉਹ ਆਜ ਮਰੀ ਨਿੱਕਾ ਜਿਹਾ ਮੁੰਡਾ ਕੋਲ ਆਇਆ ਆਖਿਆ ਸਮੋਸਿਆਂ ਦੀ ਪਲੇਟ ਲੈ ਕੇ ਆਵੇ ਨਾਲ ਹੀ ਅਤੀਤ ਦੇ ਸਮੁੰਦਰ ਵਿੱਚ ਜਾ ਡੁੱਬਾ ਸਕੂਲੋਂ ਛੁੱਟੀ ਮਗਰੋਂ ਇਸੇ ਟਾਬੇ 'ਚ 3 ਘੰਟੇ ਕੰਮ ਕਰਕੇ ਘਰੇ ਆਪੜਿਆ ਕਰਦਾ ਸੀ ਤੇ ਇੱਕ ਦਿਨ ਚਾਹ ਦੇ ਇਕੱਠੇ 5 ਗਲਾਸ ਟੁੱਟ ਗਏ ਬੜੀ ਕੁੱਟ ਪਈ ਕੋਲ ਬੈਠੇ ਸਰਦਾਰ ਜੀ ਨੇ ਸਿਰ ਨਸਿਆਏ ਛੁੱਡਾ ਲਿਆ ਆਖਣ ਲੱਗੇ ਮੇਰੇ ਖਾਤੇ ਪਾ ਦਿਓ ਇਹਨੂੰ ਕੁਝ ਨਹੀਂ ਆਖਣਾ ਫਿਰ ਕੋਠੀ ਲੈ ਗਏ ਆਖਣ ਲੱਗੇ ਇੱਕ ਗੱਲ ਸੱਚੋ ਸੱਚ ਦੱਸ ਪੜਨਾ ਹੈ ਕਿ ਕੰਮ ਕਰਨਾ ਅੱਗੋਂ ਆਖ ਦਿੱਤਾ ਕਿ ਪੜਨਾ ਹੈ ਫਿਰ ਘਰੇ ਮਾਂ ਨਾਲ ਗੱਲ ਕਰ ਉਸੇ ਸਕੂਲ ਪਾ ਦਿੱਤਾ ਫੀਸਾਂ ਕਿਤਾਬਾਂ ਬੂ ਜਰਾਬਾਂ ਤੇ ਹੋਰ ਸਾਰੇ ਦੀ ਟੈਨਸ਼ਨ ਮੁੱਕ ਗਈ ਤੇ ਜਦੋਂ ਸਿਵਲ ਸਰਵਿਸੇਸ ਵਾਲੀ ਫਾਈਨਲ ਇੰਟਰਵਿਊ ਦੀ ਕਾਲ ਆਈ ਤਾਂ ਨਾਲ ਹੀ ਸਰਦਾਰ ਜੀ ਵੱਲੋਂ ਵੀ ਪਤਾ ਲੱਗ ਗਿਆ ਬੜਾ ਰੋਇਆ ਇੰਟਰਵਿਊ ਨੂੰ ਜੀ ਜੀਰ ਨਾ ਕਰੇ ਫਿਰ ਸਰਦਾਰ ਜੀ ਦੇ ਬੋਲ ਚੇਤੇ ਆ ਗਏ ਆਖਦੇ ਹੁੰਦੇ ਸਨ ਕਿ ਜੇ ਮੈਂ ਜਿਉਂਦਾ ਰਿਹਾ ਤਾਂ ਤੈਨੂੰ ਅਫਸਰ ਬਣੇ ਨੂੰ ਗਲਦਨ ਲਾਵਾਂਗਾ ਤੇ ਜੇ ਨਾ ਰਿਹਾ ਤੇ ਮੇਰੀ ਰੂਹ ਨੂੰ ਢੇਰ ਸਾਰਾ ਸਕੂਨ ਮਿਲੂ ਪੈਸੇ ਦੇ ਕੇ ਤੁਰਨ ਲੱਗਾ ਤਾਂ ਦੇਖਿਆ ਕਿ ਮੇਰੇ ਵਾਲੀ ਥਾਂ ਤੇ ਉਹੀ ਨਿੱਕਾ ਜਿਹਾ ਮੁੰਡਾ ਬੈਠਾ ਭਾਂਡੇ ਮਾਜ ਰਿਹਾ ਸੀ ਕੋਲ ਪਏ ਬਸਤੇ ਨੂੰ ਦੇਖ ਦਿਮਾਗ ਸੁੰਨ ਹੋ ਗਿਆ ਅਗਾ ਨੂੰ ਲੰਘ ਪੁੱਟਾਂ ਪੁੱਟੀ ਨਾ ਜਾਵੇ ਫਿਰ ਪੈਂਦੀ ਹੋਈ ਕੁੱਟ ਤੋਂ ਬਚਾਉਂਦੇ ਹੋਏ ਸਰਦਾਰ ਹੋਰੇ ਸਾਹਮਣੇ ਆਖ ਲੋਤੇ ਕੁੱਟ ਕੇ ਜੱਫੀ ਪਾ ਲਈ ਫਿਰ ਹੌਲੀ ਜੀ ਕੰਨ ਚ ਆਖਣਾ ਸ਼ੁਰੂ ਕਰ ਦਿੱਤਾ ਪੁੱਤ ਹਰ ਵੇਲੇ ਕਰਜ਼ੇ ਦੀ ਗੱਲ ਕਰਿਆ ਕਰਦਾ ਸਨ ਵੇਲਾ ਆ ਗਈ ਅੱਜ ਮੋੜ ਦੀ ਪਹਿਲੀ ਕਿਸ਼ਤ ਵਿਆਜ ਸਣੇ ਬਕਾਇਆ ਮੋੜਨ ਲਈ ਸਾਰੀ ਨੌਕਰੀ ਪਈ ਐ ਸੋ ਦੋਸਤੋ ਭਾਵੇਂ ਜ਼ਿੰਦਗੀ 'ਚ ਇਸ ਕਿਸਮ ਦਾ ਕਰਜ਼ਾ ਚੁੱਕਿਆ ਜਾਂ ਨਹੀਂ ਪਰ ਕਿਸ਼ਤਾਂ ਮੋੜਨ ਦਾ ਮੌਕਾ ਹੱਥੋਂ ਕਦੇ ਨਾ ਖੁੰਝਾਇਆ ਕਰੋ ਟਰੂ ਸਟੋਰੀ ਅਗਲੀ ਕਹਾਣੀ ਬਹੁਤ ਛੋਟਾ ਸਾ ਇੱਕ ਵਾਰ ਦਾਦਾ ਜੀ ਨੇ ਗਿੱਟਕ ਦਿੱਤੀ ਆਖਿਆ ਵੇੜੇ 'ਚ ਦੱਬ ਕੇ ਆ ਤੇਰਾ ਦੋਸਤ ਆਏਗਾ ਕੁਝ ਦਿਨਾਂ ਬਾਅਦ ਇੱਕ ਕਰੁੰਬਲ ਫੁੱਟੀ ਆਸੇ-ਪਾਸੇ ਕੰਡਿਆਂ ਦੀ ਵਾੜ ਵੀ ਕਰ ਦਿੱਤੀ ਫਿਰ ਨਿਕਾ ਜੈ ਇੱਕ ਦੋਸਤ ਵਾਕਿਆ ਹੀ ਉੱਗਾਇਆ ਪਾਣੀ ਪਾਉਂਦਾ ਗਿਆ ਤੇ ਉਹ ਮੈਥੋਂ ਵੀ ਉੱਚਾ ਹੋ ਗਿਆ ਫਿਰ ਕਿੰਨੇ ਸਾਰੇ ਹੋਰ ਦੋਸਤ ਵੀ ਆ ਗਏ ਉੱਡਣ ਵਾਲੇ ਤੇ ਕੁਝ ਰਿੰਗਣ ਵਾਲੇ ਕਈਆਂ ਆਲਣੇ ਵੀ ਪਾ ਲਏ ਕੁਝ ਸਾਰਾ ਦਿਨ ਟਾਣਾ ਤੇ ਖੇਡਦੇ ਰਹਿੰਦੇ ਤਰੰਤਰਾਂ ਦੀਆਂ ਆਵਾਜ਼ਾਂ ਕੱਢਦੇ ਰਾਤੀ ਸੌਂ ਜਾਂਦੇ ਸਵੇਰੇ ਮੇਰੇ ਨਾਲ ਹੀ ਉੱਠ ਪੈਂਦੇ ਫਿਰ ਮੈਂ ਵੱਡਾ ਹੋ ਗਿਆ ਸ਼ਹਿਰ ਆ ਗਿਆ ਉੱਥੋਂ ਹੋਰ ਦੂਰ ਚਲਾ ਗਿਆ ਤਰੱਕੀਆਂ ਕਰਦਾ ਹੋਇਆ ਚਕਾ ਚੋਂਦ ਵਿੱਚ ਪਿੰਡ ਦਾ ਸਭ ਕੁਝ ਭੁੱਲ ਗਿਆ ਇੱਕ ਵਾਰ ਮਾਂ ਆਈ ਨਾਲ ਲਫਾਫਾ ਭਰ ਕੇ ਫਲਾਂ ਦਾ ਲਿਆਈ ਅਖੇ ਤੇਰੇ ਦੋਸਤ ਨੇ ਹੁਣ ਫਲ ਦੇਣੇ ਵੀ ਸ਼ੁਰੂ ਕਰ ਦਿੱਤੇ ਫਿਰ ਮੈਂ ਹੋਰ ਦੂਰ ਚਲਾ ਗਿਆ ਸੱਤ ਸਮੁੰਦਰੋਂ ਪਾਰ ਸਾਰੇ ਦੋਸਤ ਭੁੱਲ ਗਏ ਫਿਰ ਇੱਕ ਦਿਨ ਮਾਂ ਬਾਪੂ ਜੀ ਇਕੱਠੇ ਚਲੇ ਗਏ ਦੁਨੀਆਂ ਭਰ ਵਿੱਚ ਫੈਲੀ ਇੱਕ ਬਿਮਾਰੀ ਕਰਕੇ ਉਹਨਾਂ ਦੀਆਂ ਹਸਤੀਆਂ ਵੀ ਨਾ ਵੇਖ ਸਕਿਆ ਰੱਬ ਨਾਲ ਕਿੰਨੇ ਸਾਰੇ ਸ਼ਿਕਵੇ ਕੀਤੇ ਫਿਰ ਪਤਾ ਲੱਗਾ ਮੇਰੇ ਦੋਸਤਾਂ ਨੇ ਸ਼ਹਿਰ ਮੇਰੇ ਜੋਗਾ ਇੱਕ ਵੱਡਾ ਘਰ ਬਣਾ ਦਿੱਤਾ ਉਹਦਾ ਗ੍ਰਹਿ ਪ੍ਰਵੇਸ਼ ਸੀ ਪਿੰਡ ਵਾਲਾ ਦੋਸਤ ਆਖਣ ਲੱਗਾ ਤੈਨੂੰ ਘਰ ਦੀ ਚੱਟ ਤੇ ਇੱਕ ਕੀਮਤੀ ਤੋਹਫਾ ਦੇਣਾ ਫਿਰ ਇੱਕ ਟਰੱਕ ਆਇਆ ਉਹਦੇ ਅੰਦਰ ਫਰਨੀਚਰ ਸੀ ਕਿੰਨੇ ਸਾਰੇ ਟੇਬਲ ਮੇਜ਼ ਕੁਰਸੀਆਂ ਮੰਜੇ ਤੇ ਸੋਫੇ ਜਦੋਂ ਦੱਸਿਆ ਕਿ ਸਭ ਕੁਝ ਵਿੜੇ ਵਾਲੇ ਉਸੇ ਰੁੱਖ ਦਾ ਹੈ ਤਾਂ ਮੇਰੀ ਧਾ ਨਿਕਲ ਗਈ ਉਹ ਜ਼ਾਲਮ ਉਹ ਪੁੱਛ ਤਾਂ ਲੈਂਦੇ ਇਕਵੇਰ ਉਹ ਤਾਂ ਮੇਰਾ ਦੋਸਤ ਸੀ ਹਥੀਂ ਪਾਲ ਪੋਸ ਕੇ ਵੱਡਾ ਕੀਤਾ ਇੱਕ ਦੋਸਤ ਫਿਰ ਪੁੱਛਿਆ ਉਹਨਾਂ ਬਾਕੀਆਂ ਦਾ ਕੀ ਬਣਿਆ ਜਵਾਲਣੇ ਬਣਾ ਕੇ ਰਹਿੰਦੇ ਸੀ ਹੱਸ ਪਏ ਅਖੇ ਬੰਨਾ ਬਣਾਉਣਾ ਕੀ ਸੀ ਕੋ ਜੁੜ ਗਏ ਤੇ ਕੋ ਜਦ ਉਥੇ ਥੱਲੇ ਡਿੱਗਾ ਤਾਂ ਹੀਠਾਂ ਆ ਗਏ ਹੁਣ ਉਹ ਸਾਰੇ ਮੇਜ਼ ਕੁਰਸੀਆਂ ਟੇਬਲ ਸੋਫੇ ਵੇਖਦਾ ਤਾਂ ਇੰਜ ਪ੍ਰਤੀਤ ਹੁੰਦਾ ਦੋਸਤ ਦੀਆਂ ਅਸਥੀਆਂ ਵੇਖ ਰਿਆ ਹੋਵਾਂ ਬੇਬੇ ਬਾਪੂ ਦੀਆਂ ਤੇ ਵਿਖਾਈ ਵਗੈਰੀ ਪ੍ਰਵਾਹ ਕਰ ਦਿੱਤੀਆਂ ਸਨ ਇਹ ਮੇਰੇ ਸਾਹਮਣੇ ਕਿਉਂ ਲਿਆ ਧਰੀਆਂ ਪਰ ਮੈਂ ਅਪਾਗਾ ਤੇ ਸਭ ਕੁਝ ਵੇਚ ਵੀ ਨਹੀਂ ਸਕਦਾ ਪਤਾ ਨਹੀਂ ਨਿਸ਼ਾਨੀਆਂ ਕਿ ਅਸਥੀਆਂ ਯਾਰ ਦੀਆਂ ਜੋ ਹੋਈਆਂ ਉਹ ਯਾਰ ਜਿਹਨੂੰ ਹਮੇਸ਼ਾ ਹੀ ਸੀਨੇ ਨਾਲ ਲਾ ਕੇ ਰੱਖਿਆ ਜਿਉਂਦੇ ਨੂੰ ਜੱਫੀ ਵਿੱਚ ਤੇ ਮੁੱਕ ਗਏ ਨੂੰ ਯਾਦਾਂ ਦੀ ਪਟਾਰੀ ਵਿੱਚ ਅਗਲੀ ਕਹਾਣੀ ਅੱਜ ਉੱਠਦਿਆਂ ਦੋ ਤਸਵੀਰਾਂ ਦੇਖ ਮਨ ਮਸੋਸਿਆ ਗਿਆ ਪਹਿਲੀ ਤਸਵੀਰ ਗੁਰਦੁਆਰਾ ਸ਼ਹੀਦ ਅੰਮ੍ਰਿਤਸਰ ਦੇ ਬਰੂਹਾਂਚ ਤਸਵੀਰਾਂ ਤੇ ਸਟicker ਵੇਚਦੇ ਹੋਏ 80 ਸਾਲਾ ਬਜ਼ੁਰਗ ਉਹੀ ਗੁਰਦੁਆਰਾ ਸ਼ਹੀਦਾਂ ਸਾਹਿਬ ਜਿਹੜੇ ਜਿਹੜਾ 2 ਕਰੋੜ ਦੇ ਲਗਭਗ ਰੋਜ਼ਾਨਾ ਸ਼ਰਮਣੀ ਕਮੇਟੀ ਦੀ ਝੋਲੀ ਪਾਉਂਦਾ ਤੇ ਦੂਜੀ 95 ਸਾਲ ਦੀ ਉਮਰ 'ਚ ਸਾਈਕਲ ਤੇ ਪਿੰਡ-ਪਿੰਡ ਫਿਰਕੇ ਮੰჯੀਆਂ ਪਾਵੇ ਠੀਕ ਕਰਦੇ ਮਸਾਂ ਹੀ ਤੁਰ ਸਕਦੇ ਬਾਬਾ ਜੀ ਦਿਨ 'ਚ ਕੋਈ 70-80 ਰੁਪਏ ਕਮਾਉਣ ਵਾਲੇ ਬਾਬਾ ਜੀ ਦੇ ਇਕਲੌਤੇ ਪੁੱਤਰ ਨੇ ਹੀ ਆਖ ਘਰੋਂ ਕੱਢ ਦਿੱਤਾ ਕਿ ਬਾਪੂ ਮੈਥੋਂ ਨਹੀਂ ਖਵਾਈ ਜਾਂਦੀ ਰੋਟੀ اپنی ਕਮਾਹ ਤੇ ਆਪਣੀ ਖਾ ਅੱਜ 2 ਡਾਲਰ ਦੀ ਕਾਫੀ ਲੈਣ ਲੱਗਾ ਤਾਂ ਬਾਬਾ ਜੀ ਦੀ ਸਾਰੀ ਦਿਹਾੜੀ ਕਮਾਈ 80 ਰੁਪਏ ਚਿੱਤੇ ਆ ਗਏ ਪਿਛਲੇ ਦਿਨੀ ਕਿਸੇ ਦੀ بیسمنٹ ਦਿਖਾਉਣ ਗਿਆ ਤਾਂ ਗਿਓ ਰੋਣ ਹੱਕਾ ਹੋਇਆ ਬਜ਼ੁਰਗ ਆਖਣ ਲੱਗਾ ਪੁੱਤਰ ਇਹਨਾਂ ਨੂੰ ਆਕੇ ਮੇਰਾ ਪਾਸਪੋਰਟ ਪਾਸਪੋਰਟ ਤੇ ਮੜਵਾ ਦੇ ਮੈਨੂੰ ਸਾਰਾ ਦਿਨ ਇੱਥੇ ਭੂਰੇ ਚ ਡੱਕ ਛੱਡ ਦੇ ਇੰਡੀਆ ਵੀ ਨਹੀਂ ਜਾਣ ਦਿੰਦੇ ਉਸੇ ਵੇਲੇ ਘਰ ਦੀ ਬੀਬੀ ਆਈ ਤੇ ਪਰਦੇ ਪਾਉਂਦੀ ਹੋਈ ਆਖਣ ਲੱਗੀ ਕਿ ਇਹਦੇ ਦਿਮਾਗ ਨੂੰ ਕੁਝ ਹੋ ਗਿਆ ਐਵੇਂ ਆਵਾਤਾਪਾ ਬੋਲੀ ਜਾਂਦਾ ਜੂਨ ਮਹੀਨੇ ਪਾਰਕ 'ਚ ਚੁੱਪਚਾਪ ਬੈਠੇ ਇੱਕ ਬਾਪੂ ਨਾਲ ਗੱਲ ਹੋਈ ਤਾਂ ਕੁਛ ਚਿਰ ਮਗਰੋਂ ਫਿਸ ਪਿਆ ਆਖਣ ਲੱਗਾ ਕਿ ਕੋਈ ਗੱਲ ਨਹੀਂ ਕਰਦਾ ਘਰੇ ਮੇਰੇ ਨਾਲ ਨਿਆਣੀ ਤਾਂ ਕੰਦੇ ਬਾਪੂ ਤੇਰੇ ਤੇ ਤੇਰੇ ਕਮਰੇ 'ਚੋਂ ਮੁਸ਼ਕ ਆਉਂਦੀ ਐ ਇੱਕ ਹੋਰ ਬਜ਼ੁਰਗ ਆਖਣ ਲੱਗਾ ਕਿ ਸਾਰੀ ਪੈਨਸ਼ਨ ਰਖਵਾ ਲੈਂਦੇ ਨੇ ਤੇ ਮوڑ ਹਫ਼ਤੇ ਦੇ 20 ਡਾਲਰ ਫੜਾ ਦਿੰਦੇ ਨੇ ਜੇ ਪੁੱਛਦਾ ਤਾਂ ਗੋ ਆਂਦੇ ਰੋਟੀ ਪਾਣੀ ਤੇ ਮਿਲਦਾ ਤੈਨੂੰ ਤੂੰ ਕੀ ਕਰਨੀ ਪੈਨਸ਼ਨ ਇੱਕ ਹੋਰ ਆਂਦੇ ਗਰਮੀਆਂ ਚ ਬੀਸੀ ਭੇਜ ਦਿੰਦੇ ਕਿ 베ਰੀਆਂ ਤੋੜ ਕੇ ਕੁਝ ਕੈਸ਼ ਪੈਸੇ ਕਮਾ ਲਿਆ ਉਹ ਆਂਦਾ ਮੈਥੋਂ ਹੁਣ ਗੋਡਿਆਂ ਭਾਰ ਨਹੀਂ ਬੈਠ ਹੁੰਦਾ ਪਦਾਰਥਵਾਦੀ ਹਨੇਰੀ ਨੇ ਸਾਰਾ ਕੁਝ ਢਹਿ ਢੇਰੀ ਕਰ ਦਿੱਤਾ ਇੱਥੋਂ ਤੱਕ ਕਿ ਸੋਚ ਦਾ ਵੀ ਕਤਲ ਹੋ ਗਿਆ ਜਾਪਦਾ ਕਿ ਜ਼ਿੰਦਗੀ ਦੇ ਸਫਰ ਵਾਲੇ ਆਖਰੀ ਸਟੇਸ਼ਨ ਤੇ ਹਰੇਕ ਨਾਲ ਇਹੋ ਕੁਝ ਵਾਪਰਨਾ ਹੀ ਵਾਪਰਨਾ ਹੈ ਜਿਹਹਾ ਬੀਜਾਂਗੇ ਇੱਕ ਦਿਨ ਉਹੋ ਕੁਝ ਹੀ ਵੱਡਣਾ ਪੈਣਾ ਹੈ ਧੰਨਵਾਦ